ਕੇਂਦਰੀ ਵਣਜ ਤੇ ਸਨਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਤੇ ਆਸਟ੍ਰੇਲੀਆ ਆਰਥਿਕ ਸਹਿਯੋਗ ਸਮਝੌਤੇ ਰਾਹੀਂ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਕੰਮ ਕਰ ਰਹੇ ਨੇ ਉਹਨਾਂ ਕਹਿਆ ਕਿ ਇਹਨਾਂ ਸਮਝੌਤਿਆਂ ਨਾਲ ਦੋਵਾਂ ਦੇਸ਼ਾਂ ਲਈ ਬਾਜ਼ਾਰ ਤੱਕ ਪਹੁੰਚ ਵਧਿਏ ਤੇ ਵਸਤੂਆਂ ਦੇ ਵਪਾਰ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ ਐਡੀਲੇਡ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੋਇਲ ਨੇ ਸਿਡਨੀ ਵਿੱਚ ਵਪਾਰਕ ਪ੍ਰਮੋਸ਼ਨ ਦਫ਼ਤਰ ਖੋਲਣ ਦਾ ਐਲਾਨ ਕੀਤਾ ਇਸ ਦਫ਼ਤਰ ਵਿੱਚ ਭਾਰਤ ਵਿੱਚ ਪੂੰਜੀਕਾਰੀ ਲਗਾਉਣ ਕੌਮੀ ਸੰਤੀ ਵਿਕਾਸ ਸੰਘ ਲਿਮਟਿਡ ਤੇ ਐਕਸਪੋਰਟ ਕਰਜ਼ਾ ਗਾਰੰਟੀ ਕਾਰਪੋਰੇਸ਼ਨ ਲਿਮਟਿਡ ਦੇ ਨੁਮਾਇंदे ਆਪਣੀਆਂ ਸੇਵਾਵਾਂ ਦੇਣਗੇ ਗੋਇਲ ਨੇ ਕਿਹਾ ਕਿ ਇਹ ਦਫਤਰ ਨਿਵੇਸ਼ਕਾਂ ਤੇ ਕਾਰੋਬਾਰੀਆਂ ਵਿਚਕਾਰ ਪੁਲ ਦਾ ਕੰਮ ਕਰੇਗਾ ਉਨ੍ਹਾਂ ਮੇਕ ਇਨ ਇੰਡੀਆ ਪ੍ਰੋਗਰਾਮ ਦੀ ਸਫਲਤਾ ਦੀ ਸ਼ਲਾਗਾ ਕਰਦਿਆਂ ਕਿ ਆਸਟ੍ਰੇਲੀਆ ਵਿੱਚ ਕੀਤੇ ਜਾਣ ਵਾਲੇ ਇਸ ਉਪਰਾਲੇ ਨਾਲ ਭਾਰਤ ਵਿੱਚ ਸਟਾਰਟਅਪ ਪ੍ਰਣਾਲੀ ਤੇ ਨਿਰਮਾਣ ਨੂੰ ਹੁਲਾਰਾ ਮਿਲਿਆ ਹੈ